ਮੁੰਡਾ ਦੂਜਾ ਵਿਆਹ ਕਰਾਉਣ ਜਾ ਰਿਹਾ ਸੀ। ਬਸ ਸੁਣਿਆ ਕਿ ਵੀ ਦੂਜਾ ਮੁੰਡਾ ਵਿਆਹ ਕਰਾਉਂਦਾ ਪਿਆ ਤੇ ਉਹਨਾਂ ਕੋਲ ਡਾਕੂਮੈਂਟ ਨੇ, ਕੋਰਟ ਦੇ ਆਰਡਰ ਨੇ। ਮਸਲਾ ਇਹ ਕਿ ਬਰਾਤ ਆਈ ਸੀ, ਕਿੱਥੋਂ ਆਈ ਸੀ? ਇਹ ਲਾੜੀਆਂ ਵਿੱਚ ਸੁਣਨ ਵਿੱਚ ਆਈ ਹੈ ਮੈਨੂੰ। ਇਹ ਆਪਣੇ ਜੋਗਿੰਦਰ ਸਿੰਘ ਨਿਹਾਲ ਸਿੰਘ ਦੇ ਉਹਦੀ ਕੁੜੀ ਹੈ ਅਤੇ ਉਹ ਸਾਨੂੰ ਹੁਣ ਪਤਾ ਲੱਗਿਆ ਮਸਲਾ ਸਾਡੇ ਕੋਲ ਆਇਆ ਹੈ। ਉਹ ਨਾਲ ਆਪਣੇ ਸਰਕਾਰੀ ਮੁਲਾਜ਼ਮ ਆਏ ਨੇ, ਉਹ ਮੁੰਡਾ ਅਤੇ ਮੁੰਡੇ ਦੇ ਪਿਓ ਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ। ਬਾਕੀ ਅੱਗੇ ਫੈਸਲਾ ਜੋ ਹੋਇਆ ਉਹ ਕਰਨਗੇ। ਕਮੇਟੀ ਵਿੱਚ ਵੀ ਸਮਾਨ ਪਹਿਲਾਂ ਤਾਂ ਖਰੇ ਮੇਰੇ ਸਗਨ ਪਾਓ ਖਰੇ ਪਾ ਸੀ, ਫਿਰ ਕਮੇਟੀ ਸਮਾਨ ਇਕੱਠੇ ਕਰਦਾ ਪਿਆ ਬੰਦਾ। ਬੰਦਾ ਮਸਲਾ ਇਹ ਕਿ ਬਰਾਤ ਆਈ ਸੀ, ਕਿੱਥੋਂ ਆਈ ਸੀ? ਇਹ ਲਾੜੀਆਂ ਵਿੱਚ ਸੁਣਨ ਵਿੱਚ ਆਈ ਹੈ ਮੈਨੂੰ। ਇਹ ਆਪਣੇ ਜੋਗਿੰਦਰ ਸਿੰਘ ਨਿਹਾਲ ਸਿੰਘ ਦੇ ਉਹਦੀ ਕੁੜੀ ਹੈ ਅਤੇ ਉਹ ਸਾਨੂੰ ਹੁਣ ਪਤਾ ਲੱਗਿਆ ਮਸਲਾ ਸਾਡੇ ਕੋਲ ਆਇਆ ਹੈ। ਉਹ ਨਾਲ ਆਪਣੇ ਸਰਕਾਰੀ ਮੁਲਾਜ਼ਮ ਆਏ ਨੇ, ਉਹ ਮੁੰਡਾ ਅਤੇ ਮੁੰਡੇ ਦੇ ਪਿਓ ਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ। ਬਾਕੀ ਅੱਗੇ ਫੈਸਲਾ ਜੋ ਹੋਇਆ ਉਹ ਕਰਨਗੇ। ਮੁੰਡਾ ਦੂਜਾ ਵਿਆਹ ਕਰਾਉਣ ਜਾ ਰਿਹਾ ਸੀ? ਬਸ ਸੁਣਿਆ ਕਿ ਵੀ ਦੂਜਾ ਮੁੰਡਾ ਵਿਆਹ ਕਰਾਉਂਦਾ ਪਿਆ ਅਤੇ ਉਹਨਾਂ ਕੋਲ ਡਾਕੂਮੈਂਟ ਨੇ, ਕੋਰਟ ਦੇ ਆਰਡਰ ਨੇ। ਹਾਂਜੀ ਅਤੇ ਹਾਂਜੀ ਅਤੇ ਮੁੰਡਾ ਪੁਲਿਸ ਦੇ ਹਵਾਲੇ ਕਰਨ ਲੱਗੇ। ਰਮੇਸ਼ ਕੌਰ। ਹਾਂਜੀ ਕੁੱਟਮਾਰ ਕਰਕੇ ਕੱਢ ਦਿੱਤਾ ਨੇ, 4 ਸਾਲ ਹੋ ਗਿਆ। ਪਹਿਲਾਂ ਇੱਥੇ ਸੈਲਰ ਚ ਮੈਡਮ ਤੇ ਦਰਖਾਸਤ, ਉੱਥੇ ਰਾਜੀਨਾਮਾ ਇਹਨਾਂ ਕਰਾ ਕੇ ਕਹਿੰਦੇ ਲੈ ਜਾਵਾਂਗੇ, ਮੁੜ ਕੇ ਲੈਣ ਹੀ ਨੀ ਆਏ 3-4 ਸਾਲ ਹੋ ਗਏ। ਹਾਂ ਤੇ ਅੱਜ ਹੁਣ ਨਵਾਂ ਵਿਆਹ ਕਰਾਉਣ ਲੱਗੇ। ਹਾਂਜੀ ਤੇ ਇਹ ਹੁਣ ਰੰਗੀ ਅਸਥੀ ਫੜਿਆ ਗਿਆ ਹੁਣ। ਹਾਂ ਇੱਥੇ ਮਦੋਟ ਥਾਣੇ ਚ। ਹਾਂਜੀ ਕਾਨੂੰਨੀ ਕਾਰਵਾਈ ਇਹੋ ਹੀ ਕੀਤੀ ਜਾਵੇ ਵੀ ਸਾਡੀ ਸੁਣਾਈ ਕੀਤੀ ਜਾਵੇ ਜ਼ਰੂਰ। ਨਹੀਂ ਤਲਾਕ ਨੀ ਦਿੱਤਾ। ਹਾਂ ਇੱਕ ਤਰਫੀ ਆਪ ਕੇਸ ਜਿੱਤਿਆ ਫਿਰ ਜਾਂਦਾ, ਮੇਰਾ ਤਲਾਕ ਹੋ ਗਿਆ।
ਪਰ ਤਲਾਕ ਨਹੀਂ ਅਸਾਂ ਦਿੱਤਾ। ਅੱਜ ਤੁਸੀਂ ਇਹਦੀ ਪੜਤਾਲ ਸਵੇਰ ਦੀ ਕਰ ਰਹੇ ਹੋ? ਹਾਂਜੀ 4 ਵਜੇ ਦੇ ਸਵੇਰ ਦੇ ਬੰਦੇ ਕੋ ਕਿੱਥੇ ਖਲਵਾ ਰਹੇ ਕੋ ਕਿੱਥੇ ਖਲਵਾ ਲੱਗ ਰਹੀ ਕਿ ਵਿਆਹ ਸੀ? ਹਾਂਜੀ ਪਤਾ ਲੱਗ ਗਿਆ। ਹਾਂਜੀ ਕਿ ਬਰਾਤ ਨਹੀਂ ਸੀ? ਹਾਂਜੀ ਹਾਂਜੀ ਬਰਾਤ ਵੀ ਆਈ। ਹੁਣ ਕੀ ਮੰਗ ਕਾਰਵਾਈ? ਕਾਰਵਾਈ ਹੁਣ ਮੋਟਰਸਾਈਕਲ ਵੀ ਪਹਿਲਾਂ ਮੰਗ ਸੀ ਨਾ, ਮੋਟਰਸਾਈਕਲ ਨਾ ਦੇਣ ਕਰਕੇ ਤਾਂ ਆਪ ਇੱਕ ਤਰਫੀ ਕੇਸ ਜਿੱਤ ਕੇ ਤਾਂ ਮੇਰਾ ਤਲਾਕ ਹੋ ਗਿਆ ਤੇ ਇਹ ਹੁਣ ਨਵਾਂ ਵੀ ਵਿਆਹ ਕਰਦਾ। ਨਹੀਂ ਹੁਣ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ? ਕਾਰਵਾਈ ਇਹੋ ਹੀ, ਪੁਲਿਸ ਕਾਰਵਾਈ ਕਰੇ, ਮਦਦ ਕਰੇ ਜਿਵੇਂ ਕਿਵੇਂ ਮਰਜ਼ੀ, ਮਦਦ ਸਾਡੀ ਜ਼ਰੂਰ ਕਰੇ। ਹਾਂ ਕਾਨੂੰਨੀ ਕਾਰਵਾਈ ਕਰਨ ਜ਼ਰੂਰ, ਗਰੀਬ ਬੰਦੇ ਆ, ਸਾਡੇ ਕੋਲ ਇੰਨੀ ਨਹੀਂ ਗੁੰਜਾਇਸ਼ ਸੀਗੀ ਰੋ ਰੋ ਦੀ ਬੰਦੇ ਇਕੱਠੇ ਕਰਨੇ, ਭੱਜ ਦੌੜ ਕਰਨੇ, ਇਹ ਨਹੀਂ ਸਾਡੇ ਕੋਲ ਹੋ ਸਕਦਾ। ਮੇਰਾ ਨਾਂ ਜੀ ਜੋਗਿੰਦਰ ਸਿੰਘ ਹੈ ਜੀ, ਮੈਂ ਪਿੰਡ ਮੇਰਾ ਚੱਕ ਟਾਈਪ ਵੀ ਹੈ ਜੀ। ਲੜਕੀ ਮੇਰੇ ਚਾਚੇ ਦੀ ਕੁੜੀ ਹੈ ਜੀ, 6 ਭੈਣਾਂ ਨੇ ਮੇਰੇ ਚਾਚੇ ਦੀ ਕੁੜੀ। ਕੀ ਹੋਇਆ ਸੀ ਇਹ? ਅੱਜ ਜੀ ਅੱਜ ਬਰਾਤ ਆਇਆ ਉਹ ਸਰਜੀਤ ਸਿੰਘ ਦੇ ਮੁੰਡੇ ਨੂੰ। ਪਹਿਲਾਂ ਇਹ ਕੁੜੀ ਤੇ ਲਾੜੀਆਂ ਵਿਆਹੀ ਸਰਜੀਤ ਵਾਲੇ, ਹਾਂ ਭੈਣ ਮੇਰੀ ਚਾਚੇ ਦੀ ਕੁੜੀ ਸਰਜੀਤ ਵਾਲੇ ਵਿਆਹੀ ਸੀ, ਪਰ 4 ਸਾਲ ਹੋ ਗਿਆ, 4 ਸਾਲ ਕੁੜੀ ਬੂਹੇ ਤੇ ਬੈਠੀ ਹੈ, ਕੁੱਟਮਾਰ ਕਰਦਾ ਸੀ। ਪਹਿਲਾਂ ਤਾਂ ਜੀ ਅਸੀਂ 1.5 ਲੱਖ ਦਾ ਸਮਾਨ ਦਿੱਤਾ, ਫਿਰ ਇਹਦਾ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬ 'ਚ ਇਹਦਾ ਵਿਆਹ ਹੋਇਆ ਸੀਗਾ ਗੁਰਦੁਆਰੇ, ਉਹ ਵੀ ਸਾਡੇ ਕੋਲ ਪ੍ਰੂਫ ਨੇ, ਪਰ ਇਹਨੇ ਸਾਡੇ ਨਾਲ ਕੋਈ ਵੀ ਨਿਬੇੜੀ ਨਹੀਂ, ਕੋਈ ਗੱਲ ਸਾਡੇ ਨਾਲ ਕਲੀਅਰ ਨਹੀਂ ਕੀਤੀ। ਉਹ ਤੋਂ ਬਾਅਦ 'ਚ ਇਹਨੇ ਆ ਕੇ ਅੱਜ ਪਿੰਡ ਲੱਖਾ ਹਾਲੀ ਦੇ ਵਿੱਚ ਆ ਕੇ ਬਰਾਤ ਆ ਗਿਆ। ਅਸੀਂ ਮੌਕੇ ਤੇ ਕੁੜੀ ਨੂੰ ਲੱਖਾ ਸਿੰਘ ਵਾਲੇ ਆ ਤੇ ਬਰਾਤ ਆਇਆ, ਅਸੀਂ 2 ਮੁਲਾਜ਼ਮ ਲਏ ਨੇ ਪੁਲਿਸ ਵਾਲੇ, ਤੇ ਅਸੀਂ ਜਾ ਤੇ ਸਾਰੇ ਪਿੰਡ 40-50 ਜੀਆਂ ਨੇ ਜਾ ਤੇ ਅਸੀਂ ਉੱਥੋਂ ਫੜਿਆ ਤੇ ਅਸੀਂ ਬਰਾਤ ਦੇ ਵਿੱਚੋਂ ਚੱਕਿਆ ਇਹਨਾਂ ਦੇ, ਉਹਨਾਂ ਦੇ ਕੁੜੀ ਦਾ ਇੱਕ ਘਰ ਹੋਰ ਵੀ ਬਰਬਾਦ ਕਰਨ ਡਿਆ, ਹੋਰ ਵੀ ਕਿਸੇ ਧੀ ਪੈਣ ਦਾ ਇਹ ਜਾਂਦਾ, ਉਹਨਾਂ ਦਾ ਵੀ ਮੰਨ ਲਓ ਉਹਨਾਂ ਨਾਲ ਬਿਰਖਲਾਫੀ ਕਰੇਦਾ, ਤੇ ਇਹ ਬੰਦਾ ਮੰਨ ਲਓ ਇਹੋ ਜਿਹਾ 4 ਸਾਲ ਹੋ ਗਏ ਮੇਰੇ, ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਅਸੀਂ ਇਹ ਮੰਗ ਕਰਦੇ ਵੀ ਸਾਨੂੰ ਪ੍ਰਸ਼ਾਸਨ ਤੋਂ, ਇਹ ਮੈਂ ਮੰਗ ਕਰਦਾ ਵੀ ਇਹਨੂੰ ਗਰੀਬ ਘਰ ਨੂੰ, ਪ੍ਰਸ਼ਾਸਨ ਨੂੰ ਇਹ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ। ਤੇ ਬਾਕੀ ਇਹਨਾਂ ਦੇ 6 ਕੁੜੀਆਂ ਨੇ, ਮੈਂ ਬਹੁਤ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਬੰਦੇ ਨੇ 4 ਸਾਲ ਹੋ ਗਏ, ਮੇਰਾ ਚਾਚਾ ਬੇਰੁਜ਼ਗਾਰ ਹੈ, ਦਿਹਾੜੀ ਜਾਂਦਾ, ਉਹਦੀ ਉਹਨੂੰ ਕੋਈ ਉਹਦੇ ਕੋਲ ਤਰੀਕ ਵਾਸਤੇ ਰੁਪਈਆ ਨਹੀਂ ਗਾ। ਆਹ ਸਾਰੇ ਜਿੰਨੇ ਮੇਰੇ ਨਾਲ ਬੰਦੇ ਆਏ ਨੇ ਆਪਦੇ ਘਰੋਂ ਤੇਲ ਪਾ ਕੇ ਆਏ ਨੇ, ਜਿੰਨੇ ਵੀ ਆ ਬੰਦੇ ਸੰਗਤ ਬੈਠੀ ਸਾਰੇ ਆਪਣਾ ਤੇਲ ਕੋਲ ਪਾ ਆ ਕੇ ਆਏ ਨੇ। ਉਹਨਾਂ ਗਰੀਬਾਂ ਕੋਲ ਤਾਂ ਇੱਕ ਤੇਲ ਪਾਉਣ ਦੀ ਵੀ ਗੁੰਜਾਇਸ਼ ਨਹੀਂ ਹੈ, ਮੰਨ ਲਓ ਉਹ ਤੇਲ ਨਹੀਂ ਪਾ ਸਕਦੇ, ਨਾਲੇ ਆ ਵਿਚਾਰੇ, ਨਾਲੇ ਇਹ 1.5 ਲੱਖ ਦਾ ਮੋਟਰਸਾਈਕਲ ਮੰਗਦਾ ਹੋਰ, ਤੇ ਅਸੀਂ ਇਹਨੂੰ 2.5 ਲੱਖ ਰੁਪਈਏ ਦੇ ਦਾਜ ਪਹਿਲਾਂ ਦਿੱਤਾ ਸ਼੍ਰੋਮਣੀ ਕਮੇਟੀ ਨੇ, ਜੀਰੇ ਸ਼੍ਰੋਮਣੀ ਕਮੇਟੀ ਜਿਹਦਾ ਵਿਆਹ ਵਾ ਸੀ ਗੁੜੀਆ ਦਾ, ਇਹਨੇ ਉਹਨਾਂ ਨੇ ਇਹਨੂੰ 1.5 ਲੱਖ ਦਾ ਇਹਨੂੰ ਦਾਜ ਦਿੱਤਾ ਇਹ ਬੰਦੇ ਨੂੰ, ਤੇ 1.5 ਲੱਖ ਇਹਨੂੰ ਅਸੀਂ ਆਪਣੇ ਕੋਲ ਦਿੱਤਾ, ਇਹਨੂੰ 3 ਲੱਖ ਰੁਪਈਆ ਦੇ ਗਿਆ, ਤੇ ਜੇ ਮੋਟਰਸਾਈਕਲ ਦੀ ਡਿਮਾਂਡ ਇਹਨੇ ਰੱਖੀ ਹੋਰ। ਇਹ ਨਵਾਂ ਅੱਜ ਅੱਜ ਦੀ ਤਰੀਕ, ਅੱਜ ਤਰੀਕ ਕਿੰਨੀ ਹੈ ਜੀ? ਅੱਜ 19 ਤਰੀਕ, 5 ਮਈ 2024 ਨੂੰ ਅੱਜ ਫੇਰ ਦੁਬਾਰਾ ਲੱਖੇ ਆ ਜੀ, ਇੱਕ ਹੋਰ ਧੀ ਪੈਣ ਦਾ ਇਹ ਜ਼ਿੰਦਗੀ ਖਰਾਬ, ਇਹ ਲੱਖੇ ਵਾਲਾ ਅੱਜ ਇੱਕ ਹੋਰ ਜ਼ਿੰਦਗੀ ਖਰਾਬ ਕਰਨ ਡਿਆ ਇਹ ਭੈਣ ਚੋ, ਇਹ ਜਿਹੜਾ ਸਰਜੀਤ ਸਿੰਘ ਹੈ ਇਹਨੂੰ ਇਨਸਾਫ ਦੇ, ਮੈਂ ਬੇਨਤੀ ਕਰਦਾ ਵੀ ਇਨਸਾਫ ਨੂੰ ਮੰਗ ਕੀਤੀ ਜਾਵੇ ਸਾਡੀ। ਕੀ ਨਾਮ ਬਤਾਈ? 4 ਸਾਲ ਵਿਦੋ ਬੀਬੀ। ਅੱਜ ਕੀ ਹੋਇਆ ਜਿਹੜਾ ਤੁਸੀਂ ਬਰਾਤ ਨੂੰ? ਅੱਜ ਵੀ ਬਰਾਤ ਦਾ ਹੋਇਆ ਤਾਂ ਅਸੀਂ ਪਾਲ ਚੜੇ ਆ, ਤੇ ਪਰਮਜੀਤ ਵੀ ਵਿਆਹ ਨਵਾਂ ਕਰਾਉਣ ਲੱਗਾ ਸੀ। ਪਰਮਜੀਤ ਕੀ ਲੱਗਦਾ? ਉਹ ਆਪਣਾ ਪ੍ਰਾਹੁਣਾ। ਪਹਿਲਾਂ ਤੁਹਾਡੀ ਕੁੜੀ ਨਾਲ ਵਿਆਹ? ਹਾਂ ਆਪਣੀ ਕੁੜੀ ਨਾਲ ਵਿਆਹ ਹੋਇਆ। ਕਿੰਨੀ ਦੇਰ ਪਹਿਲਾਂ? 4 ਸਾਲ ਹੋ ਗਏ ਨੇ, ਤੇ ਉਦੋਂ ਬਾਅਦ ਤੇ ਹਮ ਜੋ ਮੰਗਾ ਮੰਗਣ ਲੱਗ ਪਏ ਮੋਟਰਸਾਈਕਲ ਦੀਆਂ। ਰੋਲਾ ਚੱਲਦਾ ਰਹੇ, ਮੈਂ ਮੰਡਲ ਚ ਹੋਇਆ ਵੈਸਾ ਕਰਾਇਆ ਹੋਈ ਆ, ਸਾਡੇ ਕੂਠੇ ਲੱਗੇ ਕੁੜੀ ਤੇ ਕੋਈ ਨਾ, ਅਸੀਂ ਦਰਖਾਸਤਾਂ ਲਾ ਲੈਣ ਪੁਲਿਸ ਵਾਲੇ ਆਉਂਦੇ ਸੀ ਤੇ ਹਟ ਜਾਂਦੇ ਸੀ, ਨਾ ਕੋਈ ਵੀ ਨੀ ਸਾਡੀ ਕਾਰਵਾਈ, ਸਾਡੀ ਹਣੀ ਚੀਜ਼ ਕੀ ਕਰ ਰਿਹਾ ਸੀ?
ਅੱਜ ਕੁਛ ਨੀ, ਅੱਜ ਹੁਣ ਬਰਾਤ ਲੈ ਚੱਲਾ ਸੀ ਤੁਸੀਂ ਪਿੱਛਾ ਲੈ ਤੇ ਮੈਂ ਆ ਗਏ। ਬਰਾਤ ਨੂੰ ਫੜਿਆ? ਬਰਾਤ ਹਾਂ, ਬਰਾਤ ਨੂੰ ਫੜਾ। ਮੌਕੇ ਤੇ ਤੁਸੀਂ ਪਹੁੰਚੇ? ਵਿਆਹ ਹੋ ਰਿਹਾ ਸੀ? ਹਾਂ, ਵਿਆਹ ਹੋ ਰਿਹਾ ਸੀ ਤੇ ਮੌਕੇ ਤੇ ਫੜਾ ਹੈ। ਹੁਣ ਕੀ ਉਹਨੂੰ ਫੜ ਕੇ ਪੁਲਿਸ ਲੈ ਕੇ ਆਈ? ਹਾਂ, ਪੁਲਿਸ ਫੜ ਕੇ ਲੈ ਆਉਂਦਾ ਹੈ ਤੇ ਹੁਣ ਕਾਰਵਾਈ ਸਾਡੀ ਕੀਤੀ ਜਾਵੇ। ਹਾਂ, ਹੋਣੀ ਚਾਹੀਦੀ ਹੈ। ਹਾਂ, ਤੇ ਸਾਡੇ ਮਗਰ ਐਵੇਂ ਨਜਾਇਜ਼ ਪੈਸਾ ਲਾਉਂਦਾ 2 ਲੱਖ ਰੁਪਈਆ ਵੀ ਸਾਨੂੰ ਦੇਵਣ। ਵਿਆਹ ਤੋਂ ਮੋੜ ਹਾਲ ਤਾਂ ਦਿੱਤਾ ਨੀ ਜਾਂਦਾ ਤਾਂ ਨਾ ਅਸੀਂ ਪੈਸੇ ਦੇ ਸਕਣੇ।